तो ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਵੇਖ ਰਹੇ ਹੋ ਡਿਊਟੀ ਪੰਜਾਬ ਤੇ ਮੈਂ ਤੁਹਾਡਾ ਦੋਸਤ ਦਿਲਬਾਗ ਜਖਮੀ ਤਾਂ ਦੋਸਤੋ ਤੁਹਾਨੂੰ ਪਤਾ ਹਰ ਵਾਰ ਦੀ ਤਰ੍ਹਾਂ ਸੀ ਪੰਜਾਬ ਦੇ ਭਗਦੇ ਮਸਲਿਆਂ ਦੇ ਉੱਤੇ ਚਰਚਾ ਕਰਦੇ ਰਹਿੰਦੇ ਆ ਕਦੇ ਅਸੀਂ ਸਿਵੇਂ ਸਾਹਿਬ ਦੇ ਘਰੇ ਚਰਚਾ ਕਰਦੇ ਆ ਕਦੇ ਉਹ ਸਟੂਡੀਓ ਚ ਆਉਂਦੇ ਨੇ ਪਰ ਅੱਜ ਅਸੀਂ ਲਾਈਵ ਚਰਚਾ ਕਰ ਰਹੇ ਹਾਂ ਕਿਉਂਕਿ ਸਿਵੇਂ ਸਾਹਿਬ ਆਪਣੇ ਤੋਂ ਜੁੜੇ ਨੇ ਤੇ ਸਾਡੇ ਨਾਲ ਬਾਬੂ ਸ਼ਾਹੀ ਦੇ ਸੀਨੀਅਰ ਪੱਤਰਕਾਰ ਜਿਹੜੇ ਨੇ ਅਸ਼ੋਕ ਵਰਮਾ ਜੀ ਜੁੜੇ ਨੇ ਵਰਮਾ ਸਾਹਿਬ ਸਵਾਗਤ ਹੈ ਤੁਹਾਡਾ ਸਿਵੇਂ ਸਾਹਿਬ ਤੁਹਾਡਾ ਵੀ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ ਜੀ ਜੀ ਸਿਵੇਂ ਸਾਹਿਬ सब तो पहला जो मसला आप पराली के मसले लैके गलबात करेंगे क्योंकि अज का जो भगता मसला वो पराली से लगता है क्योंकि जो शाम को बठिंडो मैं भी घर जाता तो पराली का जो धुआं है वो अखा भी तंग करता है शाम वे तो चलो आप एनक भी नहीं ला सकते जो वाइट एनक हो ठीक रही है जो दूजी एनक जी आप धुप वास्ते लाने वो उत्थे काम नहीं करती अखा मचदिया ने सह औखा आता है पराली के मसले से की कहना चाहते हो जी पराली को अग लाई जा रही है पंजाब दा सब तो वड्डा मसला ते समस्या इस टाइम धुएं दी है। इने आम लोकां दा जीवना दुब्बर करिया होया है, साह दे मरीज वध रहे है, रेशा जुकाम ते आम बीमारियां च इजाफा हो रहा है धुएं दे नाल। इहदी समस्या दा इह है तां हो सकदा जे कोई करना चाहे तां सिर्फ ते सिर्फ ये दोनों धिरां वल्लों एक प्रेस्टी इशू जिहा बना लिया गया जिहदे कारण ये हल नहीं निकल सकता। हुण एक धिर ने यह ऐलान करिया सी भी असीं कुछ ना कुछ राहत देवांगे किसानां नूं जे वह पराली नूं अग ना लाउण, वह राहत नहीं दित्ती गई ते किसान कहिंदे असीं अग लावांगे सानूं रोक के विखाओ। मैं इस एंगल तों सोचदा हां वी जे राहत मिल जांदी फिर इहदा मसला किवें हल हुंदा। ਇਹ ਸਿਰਫ ਤੇ ਸਿਰਫ ਜਾਣ ਬੁੱਝ ਕੇ ਸਾਰਾ ਕੁਛ ਕੀਤਾ ਜਾ ਰਿਹਾ ਹੈ ਆਪਦੀ ਇਨਕਮ ਵਧਾਉਣ ਦੀ ਖਾਤਰ ਦੂਜਿਆਂ ਨੂੰ ਬਿਮਾਰੀਆਂ ਦੇਣੀਆਂ, ਇਹ ਕੋਈ ਮਨੁੱਖਤਾ ਦਾ ਕੰਮ ਨਹੀਂ ਹੈਗਾ। ਇਹ ਕਿਸਾਨਾਂ ਨੂੰ ਆਪ ਬੈਠ ਕੇ ਸੋਚਣਾ ਚਾਹੀਦਾ ਵੀ ਇਹ ਬਹੁਤ ਹੀ ਇਹਦੇ ਭਿਆਨਕ ਸਿੱਟੇ ਨਿਕਲ ਰਹੇ ਹੈ, ਕਿੰਨੀਆਂ ਕੀਮਤੀ ਜਾਨਾਂ ਐਕਸੀਡੈਂਟਾਂ ਦੇ ਨਾਲ ਹੋ ਰਹੀਆਂ। ਸੋ ਇਸ ਕਰਕੇ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਇਹ ਅੜੀ ਦਾ ਸਮਾਂ ਨਹੀਂ ਹੈ, ਇਹ ਤੁਹਾਡੀ ਹੋਂਦ ਨਾ ਪੰਜਾਬ ਦੀ ਹੋਂਦ ਨਾਲ ਜੁੜਿਆ ਹੋਇਆ ਮਸਲਾ ਹੈ। ਇਹਨੂੰ ਮਿਹਰਬਾਨੀ ਕਰਕੇ ਇਹਦੀ ਆਪਦੀ ਅੜੀ ਚੋਂ ਛੱਡ ਕੇ ਮਨੁੱਖਤਾ ਦੇ ਜਿਹੜੇ ਕਾਰਜ ਹੁੰਦੇ ਆ, ਜਿਹੜੀ ਮਨੁੱਖਤਾ ਕਾਰਜ ਕਰਦੀ ਹੈ, ਚੰਗੇ ਮਨੁੱਖ ਬਣਨ ਦਾ ਤਹੀਆ ਕਰੋ। ਇਹ ਸਰਕਾਰ ਵੱਲ ਨਾ ਵੇਖੋ ਵੀ ਸਰਕਾਰ ਤੁਹਾਨੂੰ ਕੋਈ ਮਦਦ ਦੇਵੇਗੀ, ਇਹਨੂੰ ਆਪ ਵੇਖੋ ਵੀ ਅਸੀਂ ਬਿਮਾਰੀਆਂ ਨੂੰ ਸਹੇੜ ਰਹੇ ਹਾਂ। ਜਿੰਨਾ ਤੁਹਾਨੂੰ ਇੱਕ ਕਿੱਲੇ ਚੋਂ ਕਿਸੇ ਨੇ ਇਹ ਮੰਨ ਲਓ ਸਹਾਇਤਾ ਦੇਣੀ ਹੈ, ਉਹਨੇ ਤਾਂ ਉੱਥੋਂ ਡਾਕਟਰ ਲੈ ਜਾਣਗੇ, ਉਦੋਂ ਬਾਅਦ ਸਾਰਿਆਂ ਤੋਂ ਸਾਰੇ ਡਾਕਟਰਾਂ ਦੇ ਆ ਰਹੇ ਆ ਤੇ ਸਾਰੇ ਡਾਕਟਰਾਂ ਦੇ ਬਿੱਟ ਭਰੇ ਹੋਏ ਨੇ। ਇਸ ਕਰਕੇ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਵੀ ਇਹ ਅੱਗ ਲਾਉਣ ਤੋਂ ਤੁਸੀਂ ਸੋਚ ਕਰੋ, ਕੀਮਤੀ ਜਾਨਾਂ ਜਾ ਰਹੀਆਂ ਤੇ ਸਰਕਾਰ ਵੀ ਅਜੇ ਐਲਾਨ ਕਰਦੀ ਹੈ, ਉਹਨਾਂ ਦੇ ਐਲਾਨ ਪਤਾ ਨਹੀਂ ਕਿੱਥੇ ਰਹਿ ਜਾਂਦੇ ਆ। ਉਹ ਜਾਂ ਤਾਂ ਇਹਦਾ ਕੋਈ ਹੱਲ ਕਰੇ ਤੇ ਜਾਂ ਇਹ ਆਪਦੇ ਉਹਨਾਂ ਨੂੰ ਜਮੇ ਫਿਰ ਖੁੱਲਾ ਛੱਡ ਦੇ, ਜਿਹੜਾ ਮਾੜਾ ਮੋਟਾ ਹੈਗਾ ਜਿਵੇਂ ਧੂੰਆਂ ਚੱਲਦਾ ਚੱਲੀ ਜਾਂਦੇ, ਲੋਕ ਆਪਦੀ ਜਿਹੜੀ ਕਿਸਮਤ ਹੈ ਉਹਦੀ ਆਪਦੀ ਕਿਸਮਤ ਤੇ ਜਿਉਂ ਜਾਣਗੇ ਜਿਹੜੇ 2-4 ਸਾਲ ਜਿਉਣੇ ਆ, ਪਰ ਮੁਸ਼ਕਲ ਬਹੁਤ ਹੈ ਇਹੋ ਜਿਹੇ ਹਾਲਾਤਾਂ ਦੇ ਵਿੱਚ ਜੀਵਣਾ। ਜੀ ਬਾਬਾ ਵਰਮਾ ਸਾਹਿਬ ਤੁਹਾਨੂੰ ਵੀ ਮੇਰਾ ਸੇਮ ਹੀ ਕੁਐਸਚਨ ਹੈ ਕਿਉਂਕਿ ਤੁਸੀਂ ਵੀ ਮੈਨੂੰ ਜਦੋਂ ਆਪਣੀ ਫੋਨ ਲਾਈਨ ਤੇ ਗੱਲ ਹੋਈ ਸੀ ਤਾਂ ਤੁਸੀਂ ਮੈਨੂੰ ਕੋਈ ਗੱਲ ਦੱਸੀ ਸੀ ਕਿ ਤੁਹਾਨੂੰ ਸਿਰਫ ਜਿਹੜਾ 3-4 ਮਿੰਟ ਦਾ ਰਸਤਾ ਉਸ ਨੂੰ ਵੀ ਜਿਹੜਾ ਕਲੀਅਰ ਕਰਨ ਦੇ ਵਿੱਚ 10 ਮਿੰਟ ਲੱਗ ਗਏ ਸੀ। ਰਾਤ ਜਿਹੜਾ ਤੁਹਾਡੇ ਨਾਲ ਘਟਨਾ ਹੋਈ ਉਹ ਵੀ ਦੱਸ ਦਿਓ ਤੇ ਉਸ ਤੋਂ ਬਾਅਦ ਪਰਾਲੀ ਦਾ ਜਿਹੜਾ ਮਸਲਾ ਉਸ ਤੇ ਵੀ ਜ਼ਰੂਰ ਜਿਹੜੀ ਗੱਲਬਾਤ ਕਰੋ। ਮੈਂ ਤੁਹਾਨੂੰ ਸਿਰਫ ਕੱਲ ਦੇ ਹਾਲਾਤ ਦੱਸਦਾ। ਕੱਲ ਸ਼ਾਮ ਦੇ 5 ਵਜੇ ਸਥਿਤੀ ਕੁਛ ਹੱਦ ਤੱਕ ਠੀਕ ਸੀ, ਲੇਕਿਨ 5:30 ਹੁੰਦਿਆਂ ਇੰਨਾ ਮਤਲਬ ਧੂੰਆਂ ਹੋ ਗਿਆ ਕਿ ਬਠਿੰਡਾ ਦੇ ਘੋੜੇ ਵਾਲਾ ਚੌਂਕ ਤੋਂ ਬਰਨਾਲਾ ਬਾਈਪਾਸ ਤੱਕ ਆਉਣ ਲਈ 1/2 ਘੰਟਾ ਲੱਗ ਗਿਆ। ਕਿਉਂਕਿ ਜੇ ਕੋਈ ਬੰਦਾ ਤੇਜ਼ ਮੋਟਰਸਾਈਕਲ ਚਲਾਉਂਦਾ ਤਾਂ ਕਦੇ ਵੀ ਹਾਦਸਾ ਵਾਪਰ ਸਕਦਾ ਹੈ। ਸੋ ਇਸ ਕਰਕੇ ਜਿਹੜਾ ਹੈਗਾ ਪਰਾਲੀ ਦੀ ਸਮੱਸਿਆ ਦਿਨ ਬ ਦਿਨ ਵੱਧਦੀ ਜਾ ਰਹੀ ਹੈ। ਮੈਂ ਸੀਬੀਆਰ ਸਾਹਿਬ ਜੀ ਇਸ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹੈ ਵੀ ਇਹ ਮਸਲਾ ਜਿਹੜਾ ਹੈਗਾ ਇਹ ਜੇਕਰ ਕਿਸਾਨ ਇਹ ਕਹਿਣ ਵੀ ਸਰਕਾਰਾਂ ਸਾਡੀ ਬਾਂਹ ਫੜਨਗੀਆਂ ਤਾਂ ਇਹ 100% ਕਿਸੇ ਆਪਣੇ ਆਪ ਨੂੰ ਧੁੱਫੇ 'ਚ ਰੱਖਣਾ ਹੈ। ਸਰਕਾਰਾਂ ਨੇ ਕੁਛ ਨਹੀਂ ਕਰਨਾ, ਇਹ ਕਿਸਾਨਾਂ ਨੂੰ ਹੀ ਅੱਗੇ ਆਉਣਾ ਪਊਗਾ। ਮੈਨੂੰ ਇੱਥੇ ਕਿਸਾਨ ਜਥੇਬੰਦੀਆਂ ਦਾ ਇੱਕ ਨਾਰਾ, ਵੈਸੇ ਤਾਂ ਸਾਰਿਆਂ ਦਾ ਹੀ ਹੈ ਪਰ ਮੈਂ ਕਿਸਾਨ ਜਥੇਬੰਦੀਆਂ ਦਾ ਜ਼ਿਕਰ ਕਰ ਰਿਹਾ, ਨਾਰਾ ਹੈ ਵੀ ਆਪਣੀ ਰਾਖੀ ਆਪ ਕਰੋ, ਸਰਕਾਰਾਂ ਤੋਂ ਨਾ ਝਾਕ ਕਰੋ। ਜੇ ਫਿਰ ਸਰਕਾਰਾਂ ਤੋਂ ਝਾਕ ਨਹੀਂ ਕਰਨੀ ਤਾਂ ਫਿਰ ਪਰਾਲੀ ਦੇ ਹੱਲ ਵੱਲ ਕਿਉਂ ਨਹੀਂ ਵੱਧਦੇ। ਬਿਲਕੁਲ 100% ਸਹੀ ਗੱਲ ਹੈ
ਜਥੇਬੰਦੀਆਂ ਨੇ ਅੱਗ ਲਾਉਣਾ ਵੀ ਮੁੱਛਰਾ ਸਵਾਲ ਬਣਾ ਲਿਆ, ਠੀਕ ਹੈ, ਤੇ ਸਰਕਾਰ ਨੇ ਜਿੰਨਾ ਕਰਨਾ ਹੁੰਦਾ ਉਨਾ ਕੀ ਕਰ ਰਹੀ ਆ, ਉਦੋਂ ਵੱਧ ਨਾ ਪਹਿਲੀਆਂ ਸਰਕਾਰਾਂ ਨੇ ਦੇਖੋ 2007 ਤੋਂ ਬਾਅਦ ਵੱਡੀ ਪੱਧਰ ਤੇ ਅੱਗ ਲੱਗਣੀ ਸ਼ੁਰੂ ਹੋਈ ਹੈ। 2000 ਤੋਂ 2007 ਦੋ ਤੋਂ ਸੱਤ ਤੱਕ ਕੁਛ ਹੱਦ ਤੱਕ ਠੀਕ ਸੀ, 7 ਤੋਂ ਬਾਅਦ ਹਾਲਾਤ ਜਿਹੜੇ ਵਿਗੜਨੇ ਸ਼ੁਰੂ ਹੋਏ ਸੀ ਹੁਣ ਬੇਹੱਦ ਗੰਭੀਰ ਹੋ ਗਏ। ਹੁਣ ਤੁਸੀਂ ਇੱਕ ਚੀਜ਼ ਦੇਖੋ, ਪਿਛਲੇ ਸਾਲ ਸੰਗਰੂਰ ਜ਼ਿਲ੍ਹੇ ਦੀ ਸਥਿਤੀ ਕੁਛ ਠੀਕ ਸੀ, ਇਸ ਵਾਰ ਸੰਗਰੂਰ ਜ਼ਿਲ੍ਹੇ ਦਾ ਮੁੱਖ ਮੰਤਰੀ ਹੈ, ਉੱਥੇ ਹਾਲਾਤ ਸਭ ਤੋਂ ਜ਼ਿਆਦਾ ਭਿਆਨਕ ਹੋ ਗਏ। ਕੀ ਕਾਰਨ ਹੈ? ਫਸਲ ਵੀ ਉਨਵੇਂ ਬੀਜੀ ਗਈ ਹੈ, ਠੀਕ ਹੈ ਨਾ। ਹੁਣ ਸਮੱਸਿਆ ਇਹ ਹੈ, ਇਹ ਇਹਨਾਂ ਕਾਰਨਾਂ ਦੀ ਪੜਚੋਲ ਕਰਨੀ ਹੋਊਗੀ। ਜੇਕਰ ਸਿਰਫ ਕਿਸਾਨ ਇਹ ਸੋਚਣ ਵੀ ਕਿਸਾਨ ਜਥੇਬੰਦੀਆਂ ਸਾਡਾ ਹੱਲ ਕੱਢਣਗੀਆਂ ਜਾਂ ਸਰਕਾਰ ਸਾਡਾ ਹੱਲ ਕੱਢੂਗੀ, 100% ਗਲਤ ਹੈ। ਇਹ ਸੋਚ ਬਿਲਕੁਲ ਕਦੇ ਨਹੀਂ ਰੱਖਣੀ ਚਾਹੀਦੀ। ਆਪਣੇ ਆਪ ਤੇ ਟੇਕ ਰੱਖ ਕੇ ਹੀ ਹੱਲ ਕੱਢਣੇ ਪੈਣਗੇ, ਪਹਿਲਾਂ ਵੀ ਇਹੀ ਕੱਢਿਆ। ਦੂਜੀ ਗੱਲ ਇਹ ਹੈ, ਕਿਸਾਨਾਂ ਨੂੰ ਬਦਲਵੀਆਂ ਫਸਲਾਂ ਵੱਲ ਵਧਣਾ ਪਊਗਾ, ਉਹਦੇ ਵਾਸਤੇ ਸਰਕਾਰ ਨੂੰ ਕਿਸਾਨਾਂ ਦੀ ਸਹਾਇਤਾ ਵੀ ਕਰਨੀ ਪਊਗੀ, ਹਰ ਤਰ੍ਹਾਂ ਦੀ ਜਾਣਕਾਰੀ ਵੀ ਦੇਣੀ ਪਊਗੀ, ਲੋੜੀਂਦੀਆਂ ਜਿਹੜੀਆਂ ਚੀਜ਼ਾਂ ਉਹ ਵੀ ਮੁਹੱਈਆ ਕਰਾਉਣੀਆਂ ਪੈਣਗੀਆਂ। ਸੀਨੀਅਰ ਸਾਹਿਬ, ਜੇ ਆਪਾਂ ਗੱਲ ਕਰੀਏ ਤਾਂ ਜਿਹੜਾ ਝੋਨਾ ਉਹ ਪੰਜਾਬ ਦੀ ਫਸਲ ਹੀ ਹੈ, ਕਿਉਂ ਨਾ ਝੋਨੇ ਦੇ ਚੱਕਰ ਚੋਂ ਨਿਕਲਿਆ ਜਾਵੇ, ਰਵਾਇਤੀ ਫਸਲਾਂ ਵਾਲੇ ਪਾਸੇ ਕਿਉਂ ਨੀ ਧਿਆਨ ਦਿੱਤਾ ਜਾ ਰਿਹਾ? ਮੂੰਗਫਲੀ ਹੋ ਗਈ, ਸੂਰਜਮੁਖੀ ਹੋ ਗਈ, ਹਲਦੀ ਹੋ ਗਈ ਜਾਂ ਹੋਰ ਕਈ ਜਿਹੜੀਆਂ ਰਵਾਇਤੀ ਫਸਲਾਂ ਕਾਰਨ ਪਤਾ ਕੀ ਹੈ? ਮੈਂ ਤਾਂ ਆਪਦੇ ਬਹੁਤ ਸਾਰੇ ਆਰਟੀਕਲਾਂ ਚ ਇਹ ਵੀ ਲਿਖਿਆ, ਜਦੋਂ ਦਾ ਝੋਨਾ ਪੰਜਾਬ ਚ ਆਇਆ ਪੰਜਾਬ ਦੀ ਜਖਣਾ ਨਿਕਲ ਗਈ ਜਮਾਂ। ਆਰਥਿਕ ਤੌਰ ਤੇ ਝੋਨੇ ਨੇ ਪੰਜਾਬ ਨੂੰ ਖਤਮ ਕਰਿਆ, ਹੈਂਜੀ, ਬਿਮਾਰੀਆਂ ਝੋਨੇ ਨਾ ਆਈਆਂ, ਪਾਣੀ ਦੀ ਸਮੱਸਿਆ ਝੋਨੇ ਨਾ ਆਈ, ਜਿਹੜਾ ਅਸੀਂ ਥੱਲੜਾ ਪਾਣੀ ਦਾ ਜ਼ਹਿਰ ਸਿੱਟਿਆ ਗਿਆ ਉਹਦਾ ਕਾਰਨ ਝੋਨਾ ਬਣਿਆ। ਦੇਖੋ ਵੇਖਣ ਨਾਲ ਤਾਂ ਲੋਕਾਂ ਦੀ ਇਨਕਮ ਵੱਧ ਗਈ ਵੀ 60-70 ਹਜ਼ਾਰ ਦਾ ਝੋਨਾ ਹੋ ਗਿਆ, ਪਰ ਝੋਨੇ ਦੇ ਖਰਚ ਤੇ ਝੋਨੇ ਦੀਆਂ ਜਿਹੜੀਆਂ ਝੋਨੇ ਨੇ ਜਿਹੜੀਆਂ ਪੀੜਾਂ ਦਿੱਤੀਆਂ ਪੰਜਾਬ ਨੂੰ ਉਹਦਾ ਕਿਸੇ ਨੇ ਲੇਖਾ ਜੋਖਾ ਨਹੀਂ ਕਰਿਆ। ਜਦੋਂ ਝੋਨਾ ਪੰਜਾਬ ਦੇ ਵਿੱਚ ਨਹੀਂ ਹੁੰਦਾ ਸੀ ਮੈਂ ਇਹ ਦਾਅਵੇ ਨਾਲ ਕਹਿ ਸਕਦਾ ਕੋਈ ਵੀ ਕਿਸਾਨ ਕਰਜਾਈ ਨਹੀਂ ਸੀ, ਕੋਈ ਵੀ ਐਨੀਵਨ, ਕਿਉਂਕਿ ਮੈਂ ਰੈਵਨਿਊ ਡਿਪਾਰਟਮੈਂਟ ਦੇ ਵਿੱਚ ਰਿਹਾ, ਮੈਨੂੰ ਪਤਾ ਕਿਸੇ ਦੀ ਲਾਲ ਐਂਟਰੀ ਨਹੀਂ ਸੀ। ਜਦੋਂ ਤੋਂ ਝੋਨਾ ਪੰਜਾਬ ਦੇ ਵਿੱਚ ਆ ਗਿਆ ਲੋਕਾਂ ਦੀਆਂ ਪਤਾ ਹੀ ਨੀ, 5-5 ਕਿੱਲਿਆਂ ਵਾਲਿਆਂ ਦੇ, 2-2 ਕਿੱਲਿਆਂ ਵਾਲਿਆਂ ਦੇ ਸਰ ਕਿੰਨਾ ਕਿੰਨਾ ਕਰਜਾਈ ਨੇ, ਲੋਕ ਖੁਦਕੁਸ਼ੀਆਂ ਕਰਨ ਲੱਗ ਗਏ, ਪਤਾ ਨੀ ਲੋਕਾਂ ਦੀ ਮਾਨਸਿਕਤਾ ਨੂੰ ਚੋਂ ਨਿਕਲ ਕੇ। ਜਦੋਂ ਵੇਖੋ ਅਸੀਂ ਤੰਗ ਹੀ ਹੋਣਾ, ਜੇ ਅਸੀਂ ਕਰਜਾਈ ਹੋਣਾ, ਜੇ ਸਾਡੇ ਖਰਚੇ ਵਧਣੇ ਹੈ ਤੇ ਫਿਰ ਅਸੀਂ ਉਹੋ ਜਿਹੀ ਫਸਲ ਨੂੰ ਅਪਣਾਉਣੇ ਕਿਉਂ ਹੈ? ਬਦਲਾਅ ਜਿਹੜਾ ਬਦਲਾਅ ਨਹੀਂ, ਅਸੀਂ ਕਹਿੰਦੇ ਸਾਨੂੰ ਆਪਣੀਆਂ ਰਵਾਇਤੀ ਫਸਲਾਂ ਵੱਲ ਨੂੰ ਮੁੜਨਾ ਚਾਹੀਦਾ। ਠੀਕ ਆ, ਉਹਦੇ ਵਿੱਚ ਸਰਕਾਰ ਦੀ ਕੁਛ ਨਾਕਾਮੀ ਹੈ, ਜਿਵੇਂ ਨਰਮੇ ਪਿਛਲੇ 3-4 ਸਾਲ ਤੋਂ ਬਿਲਕੁਲ ਹੀ ਨਹੀਂ ਹੋ ਰਹੇ, ਤੇ ਇਹ ਵੀ ਮੇਰੇ ਚੰਗੀ ਤਰ੍ਹਾਂ ਯਾਦ ਆ ਜਦੋਂ ਕੈਪਟਨ ਸਰਕਾਰ ਸੀ ਉਹਨਾਂ ਨੇ BT ਨਰਮੇ ਦਾ ਲਿਆਉਣ ਦੀ ਕੋਸ਼ਿਸ਼ ਕੀਤੀ, ਨਹੀਂ ਤੇ ਉਹ ਲਿਆਂਦਾ ਗਿਆ। ਉਦੋਂ ਵੀ ਬਹੁਤ ਸਾਰੇ ਜਿਹੜੇ ਖੇਤੀ ਮਾਹਰ ਸੀਗੇ ਜਾਂ ਸਾਇੰਸਿਸਟ ਸੀਗੇ ਉਹਨਾਂ ਨੇ ਇਹ ਲਿਖਿਆ ਵੀ ਜੇ BT ਆ ਗਿਆ 3 ਸਾਲਾਂ ਬਾਅਦ ਆ ਜਿਹੜਾ ਪੰਜਾਬ ਦੀ ਧਰਤੀ ਦੇ ਵਿੱਚ ਇੰਨਾ ਜ਼ਹਿਰ ਪੈਦਾ ਹੋ ਜੂਗਾ ਇੱਥੇ ਨਰਮਾ ਹੋਣਾ ਹੀ ਨਹੀਂ। ਇਹ ਸਾਰਾ ਸਰਕਾਰ ਦੀਆਂ ਦੇਣ ਹੈ, ਕਿਸਾਨਾਂ ਨੂੰ ਘੱਟ ਖਾਓ ਵੱਧ ਜੀਵੋ ਵਾਲਾ ਮੈਥਡ ਆ ਜਿਹੜਾ ਉਹ ਅਪਣਾਉਣਾ ਚਾਹੀਦਾ, ਇਸ ਕਰਕੇ ਵੱਧ ਖਾਓ ਘੱਟ ਜੀਵੋ ਵਾਲਾ ਨਹੀਂ, ਤੇ ਹੁਣ ਉਲਟ ਹੋ ਗਿਆ ਵੀ ਵੱਧ ਖਾਓ ਜੀਵੋ ਘੱਟ, ਇਹ ਨਹੀਂ ਹੋਣਾ ਚਾਹੀਦਾ। ਕਿਸਾਨਾਂ ਨੂੰ ਆਪਦੀਆਂ ਰਵਾਇਤੀ ਫਸਲਾਂ, ਆਪਦਾ ਸਿਹਤ ਦਾ ਧਿਆਨ ਤੇ ਆਪਦੀ ਜਿਹੜੀ ਕਰਜ਼ੇ ਦੇ ਥੱਲੇ ਦੱਬੇ ਹੋਏ ਕਿਸਾਨ ਉਹਨਾਂ ਚੋਂ ਨਿਕਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜੀ। ਬਰਮਾ ਸਾਹਿਬ, ਰਾਤ ਮੇਰੀ ਕਿਸੇ ਕਿਸਾਨ ਨਾਲ ਗੱਲ ਹੋਈ ਸੀ, ਉਹ ਕਹਿੰਦੇ ਮਾਰਕੀਟਿੰਗ ਹੈ ਨੀ, ਜੇ ਆਪਾਂ ਰਵਾਇਤੀ ਫਸਲਾਂ ਸਿਮੀਆਂ ਸਾਹਿਬ ਕਦੇ ਬੀਜ ਲਾਂਗੇ, ਮੂੰਗਫਲੀ ਹੋ ਗਈ, ਮੂੰਗੀ ਹੋ ਗਈ ਜਾਂ ਫਿਰ ਸੂਰਜਮੁਖੀ ਹੋ ਗਈ, ਉਹ ਕਹਿੰਦੇ ਅਸੀਂ ਬੀਜ ਲਾਂਗੇ ਅਸੀਂ ਵੇਚਾਂਗੇ ਕਿੱਥੇ? ਕਿਸਾਨ ਦਾ ਪੁੱਤ, ਇਹ ਵੀ ਕਿਤੇ ਨਾ ਕਿਤੇ ਸੱਚਾਈ ਹੈ, ਮੈਂ ਉਹਨੂੰ ਕਹੀ ਰਾਤ ਗੱਲ, ਕਿਸਾਨ ਦਾ ਪੁੱਤ ਇਹ ਚਾਹੁੰਦਾ ਹੈ ਮੈਂ ਫਸਲ ਬੀਜਾਂ ਉਹਨੂੰ ਕੱਟਾਂ, ਠੀਕ ਹੈ, ਉਸ ਤੋਂ ਬਾਅਦ ਮੈਂ ਘੰਟੇ ਕੁ ਨੂੰ ਵੇਚ ਕੇ ਵਿਹਲਾ ਹੋ ਜਾਵਾਂ, ਮਾਰਕੀਟਿੰਗ ਆਪ ਵੀ ਕੀਤੀ ਜਾ ਸਕਦੀ ਹੈ। ਵਰਮਾ ਸਾਹਿਬ, ਕੋ ਪਤਾ ਕੀ ਹੈ, ਹਿੰਮਤੇ ਮਰਦਾ ਮਦਦ ਏ ਖੁਦਾ। ਦੇਖੋ ਕੋਸ਼ਿਸ਼ਾਂ ਤਾਂ ਕਰਨੀਆਂ ਹੀ ਪੈਣਗੀਆਂ, ਜੇ ਆਪਾਂ ਕਹੀਏ ਨਾ ਵੀ ਕੋਈ ਘਰੇ ਬੈਠਿਆਂ ਬਿਠਾਇਆਂ ਨੂੰ ਸਾਨੂੰ ਕੋਈ ਰੋਟੀ ਦੇ ਜੂਗਾ, ਬਿਲਕੁਲ 100% ਦੀ ਗਲਤ ਗੱਲ ਹੈ। ਮੈਂ ਸਫਲ ਕਿਸਾਨਾਂ ਦੀ ਗੱਲ ਕਰੂੰਗਾ, ਮੈਂ ਸਿਰਫ ਇੱਕ ਜਿਹੜਾ ਬਠਿੰਡਾ ਜ਼ਿਲ੍ਹੇ ਦਾ ਘੁੰਮਣ ਕਲਾਂ ਦਾ ਕਿਸਾਨ ਹੈ ਸੁਖਪਾਲ ਸਿੰਘ, ਮੈਂ ਉਹਦੀ ਗੱਲ ਕਰਾਂਗਾ ਇੱਥੇ। ਮੈਂ ਉਸ ਬੰਦੇ ਦੀ ਸਟੋਰੀ ਵੀ ਕੀਤੀ ਆ ਔਰ ਉਹਦੇ ਕੋਲ ਉਹਦੇ ਘਰ ਦੇ ਵਿੱਚ 2-3 ਘੰਟੇ ਬੈਠ ਕੇ ਸਾਰੀ ਉਹਦੀ ਕਹਾਣੀ ਸੁਣੀ ਹੈ।
ਮੈਨੂੰ ਉਸ ਬੰਦੇ ਨੇ ਖੁਦੇ ਆਪਦੇ ਹੱਥੀ ਦੱਸਿਆ, ਕਹਿੰਦਾ ਵੀ ਮੈਂ ਇੱਕ ਵਾਰ ਮੇਰੇ ਪਿਤਾ ਜੀ ਨੇ ਮੈਨੂੰ ਆੜਤੀਏ ਕੋਲ ਪੈਸੇ ਲੈਣ ਭੇਜ ਦਿੱਤਾ। ਕਾਫੀ ਪੁਰਾਣੀ ਗੱਲ ਹੈ, ਹੁਣ ਤਾਂ ਉਹ ਕਈ ਵਰਿਆਂ ਤੋਂ ਮਤਲਬ ਆਪ ਖੁਦ ਹੀ ਬੜਾ ਆਪਦੇ ਪੈਰਾਂ ਸਿਰ ਹੋ ਗਿਆ। ਜਦੋਂ ਉਹ ਇੱਕ ਆਮ ਕਿਸਾਨ ਹੁੰਦਾ ਸੀ, ਉਹ ਕਹਿੰਦਾ ਵੀ ਮੈਨੂੰ ਥੋੜੇ ਜਿਹੇ ਪੈਸਿਆਂ ਵਾਸਤੇ, ਮੇਰੇ ਹੁਣ ਜ਼ਬਾਨੀ ਯਾਦ ਨਹੀਂ ਹੈ, ਮੇਰੇ ਕੋਲ ਉਹਦੀ ਸਟੋਰੀ ਪਈ ਆ, ਉਹ ਕੁਛ ਪੈਸੇ ਸੀ, ਜਸਟ 1000 ਹਜ਼ੂਰ ਦੀ ਰਕਮ ਸੀ, ਜ਼ਿਆਦਾ ਨਹੀਂ ਸੀ। ਕਹਿੰਦਾ ਵੀ ਮੈਂ ਆੜਤੀਏ ਤੋਂ ਪੈਸੇ ਲੈਣ ਗਿਆ, ਕਹਿੰਦਾ ਉਨੇ ਪੈਸਿਆਂ ਪਿੱਛੇ ਮੈਨੂੰ ਆੜਤੀਏ ਨੇ ਡੇਢ ਘੰਟਾ ਬਿਠਾਈ ਰੱਖਿਆ, ਡੇਢ ਦੋ ਘੰਟੇ। ਕਹਿੰਦਾ ਵੀ ਲੋਕ ਉਹਦੇ ਕੋਲ ਆਈ ਗਏ, ਪੈਸੇ ਲੈ ਕੇ ਮੁੜੀ ਗਏ, ਮੈਂ ਬੈਠਾ ਰਿਹਾ। ਕਹਿੰਦਾ ਵੀ ਮੈਂ ਕਿਉਂ ਬੈਠਾ ਰਿਹਾ, ਵੀ ਮੈਨੂੰ ਗਰਜ ਸੀ। ਕਹਿੰਦਾ ਮੈਂ ਪੈਸੇ ਲੈ ਆਇਆ, ਮੈਂ ਘਰ ਆ ਕੇ ਆਪਦੇ ਪਿਤਾ ਜੀ ਨੂੰ ਕਿਹਾ ਵੀ ਆ ਲਿਆਂਦੇ ਜੀ ਪੈਸੇ, ਅੱਜ ਤੋਂ ਬਾਅਦ ਆਪਾਂ ਰੋਟੀ ਘੱਟ ਖਾ ਲਾਂਗੇ, ਮਿਹਨਤ ਕਰਕੇ ਖਾ ਲਾਂਗੇ, ਮੈਂ ਪੈਸੇ ਲੈਣ ਨਹੀਂ ਜਾਣਾ। ਕਹਿੰਦਾ ਵੀ ਅਸੀਂ ਟਰੈਕਟਰ ਚਲਾਇਆ, ਹੋਰ ਕੰਮ ਕੀਤੇ, ਹਰ ਚੀਜ਼ ਕੀਤੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਹ ਮੈਂ ਰਹੀ ਲੈ ਲਈ, ਮਾਹਰਾਂ ਨਾਲ ਸਲਾਹ ਕੀਤੀ ਕਰਕੇ ਮੈਂ ਹੌਲੀ 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 ਜਿਹੜਾ ਸੀਗਾ ਕਦਮ ਵਧਾਉਂਦਾ ਗਿਆ। ਔਰ ਅੱਜ ਤੁਸੀਂ ਦੇਖੋ ਸੁਖਪਾਲ ਸਿੰਘ ਕਿਤੇ ਦੀ ਕਿਤੇ ਗਿਆ, ਜੇ ਉਹ ਕਿੰਨੂ ਹੈ ਤਾਂ ਉਹਦਾ ਕਿੰਨੂ ਦੀ ਮਾਰਕੀਟਿੰਗ ਵੀ ਹੁੰਦੀ ਹੈ। ਇਹ ਨਹੀਂ ਹੈਗਾ ਵੀ ਇਕੱਲਾ ਸੁਖਪਾਲ ਸਿੰਘ ਹੀ ਹੈ, ਪੰਜਾਬ ਦੇ ਵਿੱਚ ਹੋਰ ਬੜੇ ਕਿਸਾਨ ਹੈਗੇ ਨੇ। ਆਲੂ ਲਈ ਮਸ਼ਹੂਰ ਹੈ ਦਰਸ਼ਨ ਸਿੰਘ ਰਾਮਪੁਰਾ, ਉਹਦਾ ਆਲੂ ਕਿਉਂ ਵਿਕਦਾ, ਹੋਰ ਦਾ ਕਿਉਂ ਨਹੀਂ ਵਿਕਦਾ? ਇਹ ਥੋੜੇ ਜਿਹੇ ਆਪਾਂ ਨੂੰ ਮਦਦ ਕਰਨੀ ਪੈਂਦੀ ਆ। ਅਸਲ ਸਮੱਸਿਆ ਇਹ ਹੈ ਕਿ ਅਸੀਂ ਹੁਣ ਕੰਮ ਕਰਨਾ ਘੱਟ ਗਏ, ਵਰਕ ਕਲਚਰ ਖਤਮ ਹੋ ਗਿਆ, ਧਰਨਿਆਂ ਮੁਜ਼ਾਹਰਿਆਂ ਵੱਲ ਜ਼ਿਆਦਾ ਵੱਧ ਗਏ। ਮੈਂ ਨਹੀਂ ਕਹਿੰਦਾ ਵੀ ਧਰਨਾ ਨਹੀਂ ਦਿੱਤਾ ਜਾਣਾ ਚਾਹੀਦਾ, ਸਾਡਾ ਸੰਵਿਧਾਨਕ ਹੱਕ ਹੈ, ਜਦੋਂ ਹੱਕ ਮਰਦੇ ਆ। ਅਸੀਂ ਧਰਨੇ ਮੁਜ਼ਾਹਰੇ ਅੰਗਰੇਜ਼ਾਂ ਵਾਲੇ ਵੀ, ਸਾਡੇ ਜਿਹੜੇ ਪੂਰਵਜ ਸੀ, ਸਾਡੇ ਵੱਡ ਵਡੇਰੇ ਸੀ, ਧਰਨੇ ਦਿੰਦੇ ਰਹੇ ਆ, ਧਰਨੇ ਮੁਜ਼ਾਹਰੇ ਕਰਦੇ ਰਹੇ ਆ, ਧਰਨੇ ਮੁਜ਼ਾਹਰੇ ਕਰਕੇ ਆਜ਼ਾਦੀ ਲਈ ਹੈ, ਹੁਣ ਵੀ ਹੈ, ਹੱਕ ਹੈ, ਸੰਵਿਧਾਨ ਤਹਿਤ ਮਿਲਿਆ ਹੱਕ ਹੈ। ਲੇਕਿਨ ਇਹ ਨਹੀਂ ਹੈ ਵੀ ਜੇ ਅਸੀਂ ਕਹੀਏ ਵੀ ਹਰ ਗੱਲ 'ਤੇ ਅਸੀਂ ਟੇਕ ਧਰਨੇ 'ਤੇ ਹੀ ਰੱਖ ਲਈਏ, ਹਰ ਗੱਲ 'ਤੇ ਅਸੀਂ ਟੇਕ ਧਰਨੇ 'ਤੇ ਹੀ ਰੱਖ ਲਈਏ, ਸਾਨੂੰ ਵਰਕ ਕਲਚਰ ਵੀ ਪੈਦਾ ਕਰਨਾ ਪਊਗਾ। ਤੁਸੀਂ ਦੇਖੋ ਆਪਾਂ ਪਿੰਡਾਂ ਦੇ ਰਹਿਣ ਵਾਲੇ ਹਾਂ, ਕਿਸਾਨਾਂ ਦੇ ਮੁੰਡੇ ਆ, ਬੁਲਟ ਮੋਟਰਸਾਈਕਲ ਲਈ ਫਿਰਦੇ ਨੇ, ਆਖਿਰਕਾਰ ਦਿਲਬਾਗ ਜੀ ਪੈਟਰੋਲ ਤਾਂ ਖਰਚ ਹੁੰਦਾ ਹੀ ਹੈ ਨਾ, ਠੀਕ ਹੈ ਨਾ? ਸਾਨੂੰ ਆਪਣੀ ਪੀੜ੍ਹੀ ਇੱਕ ਸੋਟਾ ਵੀ ਫੇਰਨਾ ਪਊਗਾ, ਸਰਕਾਰਾਂ ਨੂੰ ਵੀ ਅੱਗੇ ਆਉਣਾ ਪਊਗਾ, ਤਾਂ ਜਾ ਕੇ ਹਾਲਾਤ ਸੁਧਰਨਗੇ। ਨਹੀਂ ਹਾਲਾਤ ਇਸ ਕਦਰ, ਜੇ ਜਿਹੜੀ ਮੈਂ ਤੁਹਾਨੂੰ ਕੱਲ੍ਹ 5 ਤਰੀਕ ਦੀ ਗੱਲ ਕਰਦਾ, ਜੋ ਹਾਲਾਤ 5 ਤਰੀਕ ਨੂੰ ਇੱਕ ਦਿਨ ਬਣੇ ਆ, ਐਤਕੀ ਅੱਜ ਤਾਂ ਅਜੇ ਤੱਕ ਨਹੀਂ ਠੀਕ ਹੈ, ਜੋ ਹਾਲਾਤ ਕੱਲ੍ਹ 5 ਤਰੀਕ ਨੂੰ ਬਣੇ ਆ, ਤਾਂ ਆਉਣ ਵਾਲੇ 1-2 ਸਾਲਾਂ ਦੇ ਵਿੱਚ ਉਹ ਘੱਟੋ ਘੱਟ ਵੀ ਅੱਜ ਤੋਂ 15 ਦਿਨ ਪਹਿਲਾਂ ਬਣ ਜਾਣਗੇ, ਤੇ ਉਹ ਏਦੋਂ ਵੀ ਗੰਭੀਰ ਹੋਣਗੇ। ਪ੍ਰਦੂਸ਼ਣ ਨਾਲ ਮੌਤਾਂ ਜਿਹੜੀਆਂ ਹੋਣਗੀਆਂ, ਬਹੁਤ ਜ਼ਿਆਦਾ ਮੌਤਾਂ ਹੋਣਗੀਆਂ। ਬਿਲਕੁਲ, ਧਰਨੇ ਦੀ ਤੁਸੀਂ ਗੱਲਬਾਤ ਕਰੀ ਹੈ ਸਿਵੇਂ ਸਾਹਿਬ, ਕੀ ਲੱਗਦਾ ਜਿਹੜਾ ਧਰਨਾ ਆਪਾਂ ਜਿਹੜੇ ਕਿਸਾਨ ਲੋਕ ਨੇ ਉਹ ਸਰਕਾਰ ਦੇ ਖਿਲਾਫ ਲਾਉਂਦੇ ਨੇ ਕਿ ਸਾਨੂੰ ਪਰਾਲੀ ਵਾਸਤੇ ਬੋਨਸ ਦਿਓ, ਪਰਾਲੀ ਵਾਸਤੇ ਸਾਨੂੰ ਮੁਆਵਜ਼ਾ ਦਿਓ ਕਿ ਸਾਡੀ ਪਰਾਲੀ ਦਾ ਅਸੀਂ ਹੱਲ ਕਰ ਸਕੀਏ? ਉਹੀ ਜੇ ਕਿਤੇ ਧਰਨਾ ਸਰਕਾਰ ਦੇ ਖਿਲਾਫ਼ ਇਹ ਲਾਇਆ ਜਾਵੇ ਵੀ ਸਾਨੂੰ ਰਵਾਇਤੀ ਫਸਲਾਂ ਤੇ MSP ਦਿਓ, ਸਾਡੀਆਂ ਰਵਾਇਤੀ ਫਸਲਾਂ ਖਰੀਦੋ, ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਇਹ ਜੇ ਧਰਨਾ ਨਾਲ ਵੀ ਆਪਾਂ ਹੱਲ ਸਮਝਦੇ ਤਾਂ ਜ਼ਿਆਦਾ ਬੈਨੀਫਿਟ ਹੋ ਸਕਦਾ ਨਾ ਇਸ ਤਰੀਕੇ ਨਾਲ। ਵਰਮਾ ਜੀ ਨੇ ਬੜੀ ਆਪਦੇ ਤਜਰਬੇ ਚੋਂ ਬੜੀ ਸੋਹਣੀ ਗੱਲ ਕਹੀ, ਤੇ ਉਹਦੇ ਮਗਰ ਨਾ ਇੱਕ ਬਹੁਤ ਵੱਡਾ ਸੰਦੇਸ਼ ਹੈ ਜੀ। ਜੇ ਵਰਮਾ ਜੀ ਦੀ ਗੱਲ ਤੇ ਅਮਲ ਕਰ ਲਿਆ ਜਾਵੇ ਤਾਂ ਬਹੁਤ ਸਾਰੇ ਮਸਲੇ ਆ ਜਿਹੜੇ ਉਹ ਆਪਦੀ ਆਪ ਹੈ ਜਿਹੜੇ ਉਹ ਹੱਲ ਹੁੰਦੇ ਲੱਗਦੇ ਆ। ਜਿਹੜੀ ਤੁਸੀਂ ਧਰਨੇ ਵਾਲੀ ਗੱਲ ਕਰਦੇ ਆ, ਇਹ ਧਰਨੇ ਅਸਲ ਚ ਸਾਡੀ ਮਾਨਸਿਕਤਾ ਹੀ ਵਿਗੜ ਗਈ। ਅਸੀਂ ਐਵੇਂ ਮਾੜੀ ਜਿਹੀ ਗੱਲ ਪਿੱਛੇ ਕੋਈ ਗੱਲ ਨੀ ਹੁੰਦੀ, ਸਾਡਾ ਜੀ ਨੀ ਲੱਗਦਾ ਹੁਣ ਜਦੋਂ ਦੇ ਅਸੀਂ ਦਿੱਲੀਓਂ ਵਾਪਸ ਆਏ ਹਾਂ ਨਾ। ਗੱਲ ਸੱਚੀ ਹੈ, ਹਰੇਕ ਗੱਲ ਤੇ ਧਰਨਾ ਖੇਤਾਂ ਚ ਕੰਮ ਕਰਨ ਦੀ ਬਜਾਏ, ਵੇਖੋ ਸਾਡੇ ਕੋਲ ਤਾਂ ਕੰਮ ਦੀ ਵਿਹਲ ਹੀ ਨੀ ਹੋਣੀ ਚਾਹੀਦੀ। ਅਸੀਂ ਗੁਰੂ ਸਿਧਾਂਤ ਨੂੰ ਛੱਡਤਾ, ਕਿਰਤ ਕਰੋ ਨਾਮ ਜਪੋ ਵੰਡ ਸੁੱਖ ਦਾ, ਸਾਡੇ ਕੋਲ ਸਿਧਾਂਤ ਹੀ ਕਿੱਥੇ ਰਿਹਾ? ਇਸ ਕਰਕੇ ਜਦੋਂ ਅਸੀਂ ਗੁਰੂ ਸਿਧਾਂਤ ਤੋਂ ਦੂਰ ਹੋ ਗਏ ਉਦੋਂ ਤੋਂ ਅਸੀਂ ਔਖੇ ਹੋਏ ਹਾਂ। ਜਦੋਂ ਅਸੀਂ ਗੁਰੂ ਸਿਧਾਂਤ ਨਾਲ ਜੁੜਾਂਗੇ, ਕਿਰਤ ਨੂੰ ਅਪਣਾਵਾਂਗੇ, ਤੇ ਇਹ ਸਾਰੇ ਮਸਲੇ ਆ ਜਿਹੜੇ ਆਪਦੀ ਆਪ ਆ ਜਿਹੜੇ ਉਹ ਹੱਲ ਹੁੰਦੇ ਜਾਣਗੇ। ਅਸਲ ਚ ਕੁਦਰਤ ਨਾਲ ਅਸੀਂ ਵਿਰੋਧ ਕਰ ਹੀ ਨੀ ਸਕਦੇ, ਕੁਦਰਤ ਦੇ ਨਾਲ ਅਸੀਂ ਖੜ ਹੀ ਨੀ ਸਕਦੇ। ਕੁਦਰਤ ਕਿਹੋ ਜਿਹੇ ਸਬਕ ਸਿਖਾਉਂਦੀ ਹੈ, ਜਿਹਦੇ ਭਰਪਾਈ ਕਰਨੀ ਬਹੁਤ ਔਖੀ ਹੁੰਦੀ ਹੈ, ਤੇ ਆਉਣ ਵਾਲੀਆਂ ਜਿਹੜੀਆਂ ਨਸਲਾਂ ਹੈ ਉਹ ਫਿਰ ਟਿੱਪਣੀ ਕਰਦੀਆਂ ਵੀ ਇਹਨਾਂ ਜਿਹੜੀ ਉਹ ਜਨਰੇਸ਼ਨ ਸੀ ਉਹਨੇ ਐਡੀਆਂ ਵੱਡੀਆਂ ਗਲਤੀਆਂ ਕਰੀਆਂ ਤੇ ਉਹਨਾਂ ਨੇ ਧਰਤੀ ਦਾ ਘਾਣ ਕਰਤਾ। ਆਪਾਂ ਪਿੱਛੇ ਵੀ ਪੜ੍ਹਦੇ ਹਾਂ, ਮੇਰੀ ਕਿਤਾਬ ਆ ਜਿਹੜੀ ਉਹ ਦਿਲਬਾਗ ਜੀ ਵਰਮਾ ਜੀ ਆ ਰਹੀ ਹੈ ਅੱਜ ਹੀ, ਸ਼ਾਇਦ ਉਹ ਆ ਜੇ ਉੱਥੋਂ, ਉਹ ਬੈਲਟੀ ਉਹਨਾਂ ਨੇ ਕਰਾਤੀ ਹੈ, ਚੌਥੀ ਕਿਤਾਬ ਛਪ ਕੇ
बादशाह तो मंग ते वन तक का सफर जेड़ी के सारी दी सारी परना परमा साहब के कथना ते पूरी उतरती है। किसे टाइम असी सोच तौर ते बादशाह सी, असी गरीबां नू वंडण वाली कौम सां, असी जदों हलां लैंदा जदों किरती किसान आपदी झोली च दाने पाके पोर च हथ पाउंदा ते ओ एक एक हलां एक परमात्मा नू त्यौंदा तुरिया जांदा भी याद कर परमात्मा नू राही पांधी दे भागां नू चिड़ी जनौर दे भागां नू ते ओ भागां नू रंग लगदा भावें फसल थोड़ी हुंदी सी पर रंग जरूर लगदा सी। हुण कोई राही पांधी दे भागां नू जानवरां नू भी मार दिओ उन्हां दा भी हिस्सा सी धरती दे खत्म करता ते असी टेक रखी है धरनिआं ते असी किरत वाले नू जुड़ गए धरनिआं दी टेक ने जिहड़ा ओह साडा ठीक है सू हक लैण दी खातर सानू लड़ना चाहीदा है। मैं इस गल दे पक्ष च हां मैं जिन्ना किसान धरनिआं दे पक्ष च जिन्ने आर्टिकल लिखे जिन्ना आपां डिबेट्स दे विच आउंदे रहे जिन्नी आपां सपोर्ट करी कर तो करनी भी चाहीदी है पर जदों हक मारे जांदे हुण उत्थे स्ट्रगल करी दी है जे साडे एवें माड़े जे पिछे असीं पराली नहीं साड़नी है जी सानू इधरों रोकता जी सानू आ फलाने नू कुछ कहता जी इधरों जिहड़ी है रोड ब्लॉक कर दिओ जी ये गल्लां सानू छड के आ जिहड़ी ओह परमात्मा दी दित्ती हुई किरत वल नूं मुड़ना चाहीदा दरबाग जी। ਸਿਵੇਂ ਸਾਹਿਬ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਇਹ ਸ਼ਬਦ ਨੇ ਜਿਹੜੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਕਹੇ ਸੀ ਗੁਰਬਾਣੀ ਦੇ ਰਾਹੀਂ ਕਹੇ ਸੀ ਲੋਕਾਂ ਨੂੰ ਸਿੱਖਿਆ ਦੇ ਵਾਸਤੇ ਕਹੇ ਸੀ ਪਰ ਅੱਜ ਦੇ ਸਮੇਂ ਚ ਕਿੰਨੇ ਕੁ ਲੋਕ ਇਸ ਸਿੱਖਿਆ ਦੇ ਉੱਤੇ ਚੱਲਦੇ ਨੇ ਇਸ ਸਿਧਾਂਤ ਨੂੰ ਮੰਨਦੇ ਨੇ ਕਿਉਂਕਿ 8 ਤਰੀਕ ਨੂੰ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਆ ਰਿਹਾ ਤੇ ਅਸੀਂ ਕਿਹੋ ਜਿਹਾ ਤੋਹਫਾ ਉਹਨਾਂ ਨੂੰ ਦੇ ਰਹੇ ਹਾਂ ਧੂੰਏ ਭਰੀ ਹਵਾ ਦੇ ਰਹੇ ਹਾਂ ਜਿਹੜੀ ਧਰਤੀ ਹੈ ਉਹ ਰੇਹਾਂ ਸਪਰੇਹਾਂ ਨਾਲ ਲੱਥਪੱਥ ਹੋਈ ਦੇ ਰਹੇ ਹਾਂ ਪਾਣੀ ਸਾਡੇ ਡੂੰਘੇ ਹੋ ਗਿਆ। ਦਲਵਾਗ ਜੀ ਮੈਂ ਤਾਂ ਪਹਿਲਾਂ ਇਸ ਗੱਲ ਨੂੰ ਕਹਿ ਹਟਿਆ ਵੀ ਅਸੀਂ ਗੁਰੂ ਸਿਧਾਂਤ ਤੋਂ ਆ ਬਿਲਕੁਲ ਦੂਰ ਹੋ ਗਏ ਜੀ। ਅਸੀਂ ਗੁਰੂ ਸਿਧਾਂਤ ਨੂੰ ਅਪਣਾਇਆ ਹੀ ਕਿੱਥੇ ਹੈ, ਅਸੀਂ ਕਹਿਣ ਨੂੰ ਪਹਿਰਾਵੇ ਦੇ ਤੌਰ ਤੇ ਕੁਛ ਹੋਰ ਹੈ ਅੰਦਰ ਸਾਡੇ ਕੁਛ ਹੋਰ ਹੈ ਹਾਂਜੀ, ਅਸੀਂ ਅਮਲੀ ਤੌਰ ਤੇ ਕਿਸੇ ਗੱਲ ਤੇ ਪਹਿਰੇ ਨਹੀਂ ਦੇ ਰਹੇ। ਗੁਰੂ ਨੂੰ ਤਾਂ ਅਸੀਂ ਕੀ, ਅਸੀਂ ਤਾਂ ਮਨੁੱਖਾਂ ਨੂੰ ਮੂੰਹ ਵਿਖਾਉਣ ਜੋਗੇ ਨਹੀਂ ਰਹੇ ਨੇ ਜੇ ਸਾਡਾ ਇਹੀ ਹਾਲ ਰਿਹਾ। ਸੋ ਸਾਨੂੰ ਜੋ ਕੁਦਰਤ ਦੇ ਅਸੂਲ ਨੇ ਜੋ ਕੁਦਰਤ ਕਹਿੰਦੀ ਹੈ, ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਜਿਹੜੀ ਵਿਧਾਨ ਤੇ ਸੰਵਿਧਾਨ ਦੋ ਸ਼ਬਦ ਨੇ। ਸੰਵਿਧਾਨ ਉਹ ਪ੍ਰਕਿਰਿਆ ਹੈ ਜਿਹੜਾ ਕਿਸੇ ਦੇਸ਼ ਨੇ ਦੇਸ਼ ਨੂੰ ਚਲਾਉਣ ਵਾਸਤੇ ਕਾਨੂੰਨ ਬਣਾ ਲਿਆ ਉਹਨੂੰ ਸੰਵਿਧਾਨ ਕਹਿੰਦੇ ਹੈ, ਤੇ ਜਿਹੜੇ ਲੋਕ ਸੰਵਿਧਾਨ ਦੀ ਕਈ ਵਾਰੀ ਅਵੱਗਿਆ ਕਰਦੇ ਹੈ ਉਹ ਫਿਰ ਪੁਲਿਸ ਦੀ ਪਕੜ ਚ ਆ ਜਾਂਦੇ ਆ ਤੇ ਉਹਨਾਂ ਨੂੰ ਸਜਾਵਾਂ ਹੋ ਜਾਂਦੀਆਂ। ਵੱਧ ਤੋਂ ਵੱਧ ਜੇ ਕੋਈ ਮਰਡਰ ਹੁੰਦਾ ਉਹਦੇ ਵਿੱਚ ਵੀ ਜੇ ਉਮਰ ਕੈਦ ਹੋ ਗਈ 14 ਸਾਲ ਕੱਟ ਕੇ ਆ ਗਏ ਤੇ ਕੋਈ ਬਾਹਲੀ ਉਹ ਵੱਡੀ ਗੱਲ ਨਹੀਂ ਹੁੰਦੀ ਕਿਉਂਕਿ ਸੰਵਿਧਾਨ ਦੀਆਂ ਸਜਾਵਾਂ ਹੀ ਇਹੋ ਜਿਹੀਆਂ ਹੁੰਦੀਆਂ। ਇਸ ਕਰਕੇ ਸੰਵਿਧਾਨ ਦੀ ਉਲੰਘਣਾ ਜਿਹੜੀ ਉਹ ਕੋਈ ਵੱਡੀ ਸਜ਼ਾ ਨਹੀਂ ਦਿੱਤੀ। ਇੱਕ ਹੈ ਵਿਧਾਨ, ਵਿਧਾਨ ਬਣਾਇਆ ਪਰਮਾਤਮਾ ਨੇ, ਜੇ ਅਸੀਂ ਕਿਤੇ ਵਿਧਾਨ ਦੀ ਉਲੰਘਣਾ ਕਰਕੇ ਤੇ ਸਾਨੂੰ ਐਡੀ ਵੱਡੀ ਸਜ਼ਾ ਮਿਲ ਸਕਦੀ ਹੈ ਜਿਹੜੀ ਪੀੜ੍ਹੀ ਦਰ ਪੀੜ੍ਹੀ ਯਾਦ ਰਹੇਗੀ। ਸੋ ਇਸ ਕਰਕੇ ਵਿਧਾਨ ਨੂੰ ਕ੍ਰੋਸ ਨਹੀਂ ਕਰਨਾ ਚਾਹੀਦਾ ਕਦੇ ਵੀ, ਵੈਸੇ ਤਾਂ ਨਾ ਤਾਂ ਸੰਵਿਧਾਨ ਨੂੰ ਨਾ ਵਿਧਾਨ ਨੂੰ ਦੋਨੇ ਗੱਲਾਂ ਦੀ ਧਿਆਨ ਰੱਖਣਾ ਚਾਹੀਦਾ, ਪਰ ਕੁਦਰਤ ਦੇ ਬਣਾਏ ਵਿਧਾਨ ਦੇ ਅਸੀਂ ਖਿਲਾਫ਼ ਕਿਵੇਂ ਜਾਵਾਂਗੇ। ਵੇਖੋ ਅਸੀਂ ਕਿਰਿਆ ਬਿਮਾਰੀਆਂ ਆਈਆਂ, ਆ ਕਰੋਨੇ ਨੇ ਕਿੰਨੀਆਂ ਜਾਨਾਂ ਲੈ ਲਈਆਂ, ਮਾੜਾ ਜਿਹਾ ਧਰਤੀ ਹਿੱਲਣੀ ਹੈ ਇੱਕ ਮਿੰਟ ਦੀ, ਪਤਾ ਨੀ ਕੁਦਰਤ ਨੂੰ ਕੀ ਮਨਜ਼ੂਰ ਹੈ। ਕੁਦਰਤ ਦੀ ਰਜ਼ਾ ਚ ਰਹਿ ਕੇ, ਕੁਦਰਤ ਨੂੰ ਯਾਦ ਕਰਕੇ, ਪਰਮਾਤਮਾ ਨੂੰ ਹਮੇਸ਼ਾ ਯਾਦ ਕਰਕੇ ਸਾਨੂੰ ਆਪਦੀ ਜਿਹੜੀ ਕਿਰਤ ਕਰਦੇ ਰਹਿਣਾ ਚਾਹੀਦਾ ਹੈ। ਬਗਾਨੇ ਹੱਥਾਂ ਵੱਲ ਵੇਖਣਾ, ਮੰਗਤਾ ਬਿਰਤੀ ਧਾਰਨ ਕਰਨੀ। ਇੱਕ ਮੈਂ ਤੁਹਾਨੂੰ ਇੱਥੇ ਗੱਲ ਇਹ ਵੀ ਕਹਿ ਦਿਆਂ, ਵਰਮਾ ਜੀ ਬੜੇ ਸਿਆਣੇ ਮਨੁੱਖ ਨੇ, ਬੜੇ ਅੱਛੇ ਪੱਤਰਕਾਰ ਨੇ, ਤੇ ਇਹਨਾਂ ਨੂੰ ਇਸ ਗੱਲ ਤੇ ਵੀ ਜ਼ਿਆਦਾ ਹੈਗੀ ਹੈ ਪਕੜ। ਜਦੋਂ ਮਨੁੱਖ ਮਾਨਸਿਕ ਤੌਰ ਤੇ ਗੁਲਾਮ ਹੋ ਗਿਆ, ਜਦੋਂ ਮਨੁੱਖ ਮਾਨਸਿਕ ਤੌਰ ਤੇ ਮੰਗਤਾ ਬਣ ਗਿਆ, ਉਹਦੇ ਫਿਰ ਫਿਰ ਰਹਿੰਦਾ ਕੁਛ ਨੀ। ਮੰਗਤਿਆਂ ਦੀ ਜ਼ਿੰਦਗੀ ਤੁਸੀਂ ਵੇਖਦੇ ਹੋ ਨਾ ਹੁਣ, ਜਿਹੜੀ ਕੌਮ ਨੂੰ ਮੰਗਤਾ ਨੀ ਮੰਨਣਾ ਚਾਹੀਦਾ, ਹਰੇਕ ਗੱਲ ਨੀ ਮੰਗਣੀ ਚਾਹੀਦੀ। ਸਾਨੂੰ ਤਾਂ ਸਮਾਂ ਆਪਦੀ ਕਿਰਤ ਕਰਕੇ ਅੱਗੇ ਆਉਣਾ ਚਾਹੀਦਾ। ਇਹ ਜਿਹੜਾ ਸਿਧਾਂਤ ਸੀ ਗੁਰੂ ਸਿਧਾਂਤ ਨੂੰ ਸਾਨੂੰ ਅਪਣਾਉਣਾ ਚਾਹੀਦਾ ਤਾਂ ਕਿ ਮਨੁੱਖਤਾ ਦਾ ਭਲਾ ਹੋ ਸਕੇ। ਇਹ ਇਹ ਸਾਨੂੰ ਵਿਸਾਰਨੀਆਂ ਨਹੀਂ ਚਾਹੀਦੀਆਂ ਗੱਲਾਂ। ਬਿਲਕੁਲ ਜੀ ਵਰਮਾ ਸਾਹਿਬ, ਇੱਕ ਜਿਹੜਾ ਅਖੀਰਲਾ ਜਿਹੜਾ ਆਪਣਾ ਸਵਾਲ ਹੈਗਾ ਉਸ ਤੇ ਵੀ ਆਪਾਂ ਚਰਚਾ ਕਰ ਲਈਏ। ਇਸ ਮੁੱਦੇ ਤੋਂ ਹਟ ਕੇ ਹੈ, ਰਾਜਨੀਤੀ ਦਾ ਸਵਾਲ ਹੈ, ਪੰਜਾਬ ਦੀ ਰਾਜਨੀਤੀ ਨਾਲ ਰਿਲੇਟਡ ਸਵਾਲ ਹੈ। ਆਮ ਆਦਮੀ ਪਾਰਟੀ ਜਦੋਂ ਸਰਕਾਰ ਬਣਾਉਣੀ ਸੀ ਤਾਂ ਉਹਨਾਂ ਨੇ ਇੱਕ ਵਾਅਦਾ ਕੀਤਾ ਸੀ ਕਿ ਔਰਤਾਂ ਨੂੰ 1000-1000 ਰੁਪਏ ਅਸੀਂ ਦਿਆ ਕਰਾਂਗੇ। ਹੁਣ ਜਿਹੜਾ ਹੈਗਾ ਕੱਲ ਦੀ ਇੱਕ
जी खबर हैगी है, सोशल मीडिया से भी घूम रही है, कुछ अखबारों ने भी छापी है, खत्म की थी मानसिक गुलामी वाली आप उतो शुरू कर दे फिर एक हजार रुपए का भी आप जिक्र करा असल सियासी लोग ने अपन राजगद्दियां पक्कियां करने वास्ते ਜਿਹੜੇ ਦਾਤੇ ਸੀ ਨਾ ਉਹਨਾਂ ਨੂੰ ਮੰਗਤੇ ਬਣਾਉਣ ਵੱਲ ਵਧਣਾ ਸ਼ੁਰੂ ਕਰ ਦਿੱਤਾ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਜਿਸ ਦਿਨ ਪੰਜਾਬ ਦੇ ਵਿੱਚ ਬਿਜਲੀ ਫਰੀ ਕੀਤੀ ਸੀ, ਬਿਜਲੀ ਪਾਣੀ ਫਰੀ ਕੀਤਾ ਸੀ ਵੀ ਕੋਈ ਮਾਲੀਆ ਨਹੀਂ ਲੈਣਾ, ਬਿਜਲੀ ਦੇ ਜਿਹੜੇ ਹੈਗੇ ਆ ਖੇਤੀ ਨੂੰ ਬਿਜਲੀ ਮੁਫ਼ਤ ਦਿੱਤੀ ਜਾਊਗੀ ਉਸ ਦਿਨ। ਉਸ ਤੋਂ ਬਾਅਦ ਮੈਨੂੰ ਇੱਕ ਦੋ ਸੱਜਣ ਮਿਲੇ, ਬਹੁਤ ਪੁਰਾਣੀ ਗੱਲ ਹੈ, ਮੇਰੇ ਹੁਣ ਨਾਮ ਵਗੈਰਾ ਨਹੀਂ ਯਾਦ ਪਰ ਮੈਨੂੰ ਗੱਲ ਯਾਦ ਹੈ, ਉਹਨਾਂ ਨੇ ਬੜੇ ਦਾਅਵੇ ਨਾਲ ਮੈਨੂੰ ਇਹ ਗੱਲ ਕਹੀ ਸੀ ਵੀ ਬੇਸ਼ੱਕ ਬਿਜਲੀ ਮੁਫ਼ਤ ਦੇ ਦਿੱਤੀ, ਪਾਣੀ ਮੁਫ਼ਤ ਕਰ ਦਿੱਤਾ, ਪਰ ਇਹਦੇ ਜਿਹੜੇ ਭਿਆਨਕ ਸਿੱਟੇ ਹੋਣਗੇ ਨਾ ਉਹ ਪੰਜਾਬੀਆਂ ਨੂੰ ਭੁਗਤਣੇ ਪੈਣਗੇ। ਗੱਲ ਸਿਰਫ ਜੇ ਕਿਤੇ ਬਿਜਲੀ ਪਾਣੀ ਮੁਫ਼ਤ ਦੀ ਹੁੰਦੀ ਤਾਂ ਵੀ ਗੱਲ ਚੱਲ ਜਾਂਦੀ, ਉਸ ਤੋਂ ਬਾਅਦ ਅਸੀਂ ਕੀ ਚੀਜ਼ਾਂ ਮੁਫ਼ਤ ਦੇਣੀਆਂ ਨਹੀਂ ਸ਼ੁਰੂ ਕੀਤੀਆਂ ਹੋਈਆਂ। ਠੀਕ ਹੈ, ਹੁਣ 300 ਯੂਨਿਟ ਬਿਜਲੀ ਮੁਫ਼ਤ ਕਰ ਦਿੱਤੀ, ਕੱਲ ਨੂੰ ਕੋਈ ਹੋਰ ਆਊਗਾ ਇਸ ਤੋਂ ਉੱਪਰ। ਮੈਂ ਕਹਿੰਦਾ ਜਿਹੜੇ 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 ਟੈਕਸ ਦਾਤਿਆਂ ਦਾ ਪੈਸਾ ਹੈਗਾ ਉਹ ਅਸੀਂ ਮੁਫ਼ਤ ਲਟਾਉਣ ਦੇ ਵਿੱਚ ਜਿਹੜੇ ਸੀਗੇ ਲਟਾਉਣਾ ਸ਼ੁਰੂ ਕਰ ਦਿੱਤਾ, ਅਸੀਂ ਲਟਾਵਾਂਗੇ ਕਦੋਂ ਤੱਕ? ਸਾਡੇ ਪੰਜਾਬ ਦੇ ਵਿੱਚ ਇੱਕ ਕਹਾਵਤ ਹੈ ਵੀ ਜਦੋਂ ਜੱਟ ਦਾ ਪੁੱਤ ਜ਼ਮੀਨ ਵੇਚਣ ਸ਼ੁਰੂ ਕਰ ਦੇਵੇ ਤਾਂ ਉਹ ਸਮਝ ਲਓ ਬਹੁਤਾ ਸਿਰ ਜਿਹੜਾ ਹੈਗਾ ਥੋੜ੍ਹੀ ਦੇਰ ਬਾਅਦ ਉਹ ਨੰਗ ਹੋਣ ਵੱਲ ਹੀ ਵੱਧ ਰਿਹਾ ਹੈਗਾ। ਉਹ ਗੱਲ ਹੁਣ ਸਾਡੀ ਹੈ, ਜਦੋਂ ਅਸੀਂ ਟੈਕਸ ਦਾ ਪੈਸਾ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ 'ਤੇ, ਸਿੱਖਿਆ ਦੇਣ 'ਤੇ, ਹੋਰ ਕਾਸੇ ਦੇਣ 'ਤੇ ਨਾ ਅਸੀਂ ਖਰਚ ਕਰਾਂਗੇ, ਤਾਂ ਜੇ ਅਸੀਂ ਇਹ ਚੀਜ਼ਾਂ ਕਰਾਂਗੇ ਤਾਂ ਅਲਟੀਮੇਟਲੀ ਜਿਹੜਾ ਸਾਡਾ ਹੈਗਾ ਨੁਕਸਾਨ ਹੀ ਹੋਣਾ। ਠੀਕ ਹੈ, ਗੱਲ ਰਹੀ 1000 ਰੁਪਏ ਵਾਧੇ ਦੀ, ਸਰਕਾਰ ਨੇ ਪਹਿਲਕਦਮੀ ਕੀਤੀ ਹੈ ਪਰ ਮੈਨੂੰ ਲੱਗਦਾ ਵੀ ਸਰਕਾਰ ਪਹਿਲੇ ਫੇਸ ਦੇ ਵਿੱਚ ਥੋੜ੍ਹੇ ਜਿਹੇ ਘਰਾਂ ਨੂੰ ਛਾਂਟ ਛੁੰਟ ਕੇ ਇੱਕ ਵਾਰੀ ਲੀਪਾ ਪੋਚੀ ਕਰੂਗੀ। ਜੇਕਰ ਸੁਹਿਰਦ ਸੀ ਸਰਕਾਰ ਤਾਂ ਪਹਿਲੇ ਦਿਨ ਉਹਨਾਂ ਨੇ ਕਿਹਾ ਸੀ, ਇਹਦਾ ਮਤਲਬ ਰੋਡ ਮੈਪ ਤਾਂ ਕੋਈ ਤਿਆਰ ਕੀਤਾ ਹੀ ਹੋਊਗਾ। ਦੇਖੋ ਭਗਵੰਤ ਮਾਨ ਵੀ ਪੰਜਾਬ ਦਾ ਰਹਿਣ ਵਾਲਾ, ਕੋਈ ਦੂਰ ਨਹੀਂ, ਸੰਗਰੂਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਅਰਵਿੰਦ ਕੇਜਰੀਵਾਲ ਨਾਲ ਵੀ ਕਾਫੀ ਦੇਰ ਤੋਂ ਕਹਿ ਰਿਹਾ ਮੈਂ ਇਨਕਮ ਟੈਕਸ ਦਾ ਬਹੁਤ ਵੱਡਾ ਅਫਸਰ ਰਿਹਾ, ਇਹਦਾ ਮਤਲਬ ਜਿਹੜਾ ਉਹ ਆਰਥਿਕ ਹਾਲਾਤਾਂ ਨਾਲ ਜੁੜਿਆ ਰਿਹਾ। ਭਗਵੰਤ ਮਾਨ ਜ਼ਮੀਨ ਨਾਲ ਜੁੜਿਆ ਵਿਅਕਤੀ ਹੈ, ਇਹਨਾਂ ਨੇ ਕੋਈ ਰੋਡ ਮੈਪ ਤਾਂ ਬਣਾਇਆ ਹੀ ਹੋਊਗਾ। ਫਿਰ ਜੇ 600 ਯੂਨਿਟ ਦੀ ਗੱਲ ਕੀਤੀ ਸੀ ਤਾਂ ਫਿਰ ਲੋੜ ਹੀ ਨਹੀਂ ਸੀ ਇਹ ਗੱਲ ਕਹਿਣ ਦੀ ਜੀ ਫਲਾਣੇ ਨੂੰ ਨਹੀਂ ਮਿਲਣੀ ਜਾਂ ਧਮਕਾਣੇ ਨੂੰ, ਫਿਰ ਸਿੱਧੀ ਕਰਦੇ। ਸਵਾਲ ਤਾਂ ਸਿਰਫ ਇਹਨਾਂ ਦਾ ਰਾਜਨੀਤਿਕ ਤੇ ਰਾਜਨੀਤਿਕ ਹੈ, ਇਹ 1000 ਰੁਪਇਆ ਵੀ ਰਾਜਨੀਤੀ ਨਾਲ ਜੁੜਿਆ ਹੋਇਆ। ਹੁਣ ਹਿਮਾਚਲ ਦੀਆਂ ਚੋਣਾਂ, ਉੱਥੇ ਕੋਈ ਹੋਰ ਵਾਅਦੇ ਹੈ, ਇੱਥੇ ਕੋਈ ਹੋਰ ਵਾਅਦੇ ਹੈ। ਠੀਕ ਹੈ ਨਾ, ਸੋ ਕੁੱਲ ਮਿਲਾ ਕੇ ਮੈਂ ਕਹਿੰਦਾ ਸਰਕਾਰ ਕਦੇ ਵੀ ਕਿਸੇ ਬੰਦੇ ਨੇ ਕਿਸਾਨ, ਮੈਨੂੰ ਪਤਾ ਕਿਸੇ ਕਿਸਾਨ ਜਥੇਬੰਦੀ ਦਾ ਮੈਂ ਕਦੇ ਬਿਆਨ ਨਹੀਂ ਪੜਿਆ ਸੀ ਬਿਜਲੀ ਮੁਫ਼ਤ ਦੇਣ ਵਾਸਤੇ। ਠੀਕ ਹੈ, ਪਰ ਉਦੋਂ ਜਿਹੜੀ ਅਕਾਲੀ ਸਰਕਾਰ ਬਣੀ ਸੀ ਉਹਨਾਂ ਨੇ ਦਿੱਤੀ। ਮੈਂ ਕਹਿੰਦਾ ਸਰਕਾਰ ਉਹ ਮਾਹੌਲ ਬਣਾਵੇ ਜਿੱਥੇ ਕਿਸੇ ਨੂੰ ਹੱਥ ਹੀ ਨਾ ਅੱਡਣਾ ਪਵੇ, ਮਜ਼ਦੂਰ ਨੂੰ ਮਜ਼ਦੂਰ ਮਿਲੇ, ਮਜ਼ਦੂਰ ਨੂੰ ਮਜ਼ਦੂਰੀ ਮਿਲੇ, ਕਿਸਾਨ ਨੂੰ ਉਹਦੀ ਫਸਲ ਦਾ ਵਾਜਬ ਮੁੱਲ ਮਿਲੇ, ਲਾਗਤਾਂ ਜਿਹੜੀਆਂ ਖੇਤੀ ਲਾਗਤਾਂ ਘਟਾਈਆਂ ਜਾਣ, ਜਿਹੜੇ ਵੱਡੇ ਘਰਾਣਿਆਂ ਨੂੰ ਮੋਟੇ ਗੱਫੇ ਦਿੱਤੇ ਜਾਂਦੇ ਆ ਉਹ ਬੰਦ ਕੀਤੇ ਜਾਣ, ਤਾਂ ਜਾ ਕੇ ਜਿਹੜਾ ਪੰਜਾਬ ਦੇ ਹਾਲਾਤ ਸੁਧਰਨ ਵੱਲ ਸ਼ੁਰੂ ਹੋਣਗੇ। ਜੇ ਅੱਜ ਅਸੀਂ ਇਹ ਪਹਿਲਕਦਮੀ ਕਰਦੇ ਹਾਂ 2022 ਦੇ ਵਿੱਚ, ਘੱਟੋ ਘੱਟ 20 ਸਾਲਾਂ ਦੇ ਵਿੱਚ ਅਸੀਂ ਕੁਛ ਨਾ ਕੁਛ ਸੁਧਾਰ ਕਰ ਸਕਦੇ ਹਾਂ, ਨਹੀਂ ਤਾਂ ਪੰਜਾਬ ਨੂੰ ਬਰਬਾਦ ਹੋਣੋਂ ਬਿਲਕੁਲ ਕੋਈ ਨਹੀਂ ਰੋਕ ਸਕਦਾ। ਇਹ ਉਹ ਸੂਬਾ ਹੈ ਜਿੱਥੇ ਕਹਿੰਦੇ ਹੁੰਦੇ ਸੀ ਵੀ ਸਿੰਘਾਂ ਨੂੰ ਤਾਂ ਨੀਂਦ ਘੋੜਿਆਂ ਦੀਆਂ ਕਾਠੀਆਂ 'ਤੇ ਆਉਂਦੀ ਹੈ, ਪਰ ਦੁੱਖ ਦੀ ਗੱਲ ਇਹ ਹੈ ਵੀ ਇਹ ਕਹਾਵਤ ਹੁਣ ਸਿਰਫ ਬੁਲਟ ਮੋਟਰਸਾਈਕਲਾਂ ਅਤੇ ਐਸ਼ੋ ਆਰਾਮ ਤੱਕ ਸੀਮਤ ਹੋ ਕੇ ਰਹਿ ਗਈ। ਵਰਕ ਕਲਚਰ ਖਤਮ ਹੋ ਗਿਆ, ਵੱਡੇ ਬਜ਼ੁਰਗਾਂ ਦਾ ਆਦਰ ਸਤਿਕਾਰ ਖਤਮ ਹੋ ਗਿਆ। ਸੀਵੇਂ ਸਾਹਿਬ ਨੇ ਕਿਹਾ ਸੀ ਗੁਰਬਾਣੀ ਨੂੰ ਮੰਨਣਾ ਤਾਂ ਦੂਰ ਦੀ ਗੱਲ, ਮੈਂ ਅੱਜ ਇਹ ਦਾਅਵੇ ਨਾਲ ਕਹਿ ਰਿਹਾ, ਮੈਂ ਇੱਕ ਹਿੰਦੂ ਪਰਿਵਾਰ ਨਾਲ ਜੁੜਿਆ ਹੋਇਆ, ਹਿੰਦੂ ਪਰਿਵਾਰ ਦਾ ਮੁਖੀ ਹੈ, ਪਰ ਮੈਂ ਇਹ ਗੱਲ ਅੱਜ ਵੀ ਦਾਅਵੇ ਨਾਲ ਕਹਿੰਦਾ ਵੀ ਜੇਕਰ ਅਸੀਂ ਗੁਰਬਾਣੀ ਨੂੰ ਸੁਣਨ ਦੀ ਥਾਂ ਗੁਰਬਾਣੀ ਦੀ ਮੰਨੀਏ, ਗੁਰਬਾਣੀ ਦੇ ਅਮਲ 'ਤੇ ਪਹਿਰਾ ਦੇਈਏ, ਕਿਰਤ ਦਾ ਫਲਸਫਾ ਅਪਣਾਈਏ, ਗੁਰੂਆਂ ਦੇ ਦਿੱਤੇ ਸਿਧਾਂਤ 'ਤੇ ਚੱਲੀਏ, ਤਾਂ 5 ਸਾਲਾਂ ਦੇ ਅੰਦਰ ਅੰਦਰ ਪੰਜਾਬ ਸਿਉਣੇ ਦੀ ਚਿੜੀ ਨਹੀਂ ਪੂਰਾ ਸਿਉਣੇ ਦਾ ਬਣਾਇਆ ਜਾ ਸਕਦਾ। ਬਿਲਕੁਲ ਜੀ ਬਿਲਕੁਲ, ਸਿਵਿਆਂ ਸਾਹਿਬ ਜਿਹੜਾ 1000 ਰੁਪਇਆ ਜੇ ਮਿਲਣ ਲੱਗ ਗਿਆ ਔਰਤਾਂ ਨੂੰ, ਹੋਰ ਜਿਹੜੀ ਸਟੇਟਾਂ ਦੀਆਂ ਚੋਣਾਂ ਉਹਨਾਂ 'ਤੇ ਅਸਰ ਪਾਉਣ ਦੀ ਕੋਸ਼ਿਸ਼ ਹੋ ਸਕਦੀ ਹੈ ਸਰਕਾਰ ਦੀ, ਕਿਉਂਕਿ ਪੰਜਾਬ ਸਰਕਾਰ ਕੋਲ ਤਾਂ ਇੰਨਾ ਪੈਸਾ ਹੈ ਹੀ ਨਹੀਂ ਗਾ, ਪੰਜਾਬ ਜਿਹੜਾ ਹੈਗਾ ਬਹੁਤ ਜਿਹੜਾ ਫਾਈਨੈਂਸ਼ੀਅਲੀ ਕ੍ਰਾਈਸਿਸ ਤੋਂ ਨਿਕਲ ਰਿਹਾ। ਦਿਲਬਾਗ ਜੀ ਇੱਕ ਗੱਲ ਤਾਂ ਤੁਸੀਂ ਨੋਟ ਕਰ ਲਓ,
ਵੀ ਪੈਸਾ ਕਿਸੇ ਨੇ ਜੇਬ ਚ ਤਾਂ ਦੇਣਾ ਨੀ, ਪੈਸਾ ਤਾਂ ਲੋਕਾਂ ਦੇ ਟੈਕਸ ਚ ਹੀ ਆਉਣਾ। ਇੱਕ ਪਾਸੇ ਇੱਕ ਬੰਦੇ ਨੂੰ ਰਾਹਤ ਦੇ ਦਿਓਗੇ, ਦੂਜੇ ਤੇ ਬੋਝ ਪੈ ਜਾਊਗਾ। ਬਿਜਲੀ 300-600 ਯੂਨਿਟ ਹੈ ਜਿਹੜੀ ਬਿਜਲੀ ਮਾਫ਼ ਕਰਤੀ, ਜਿਨ੍ਹਾਂ ਦੀ ਮਾਫ਼ ਕਰਤੀ ਉਹਨਾਂ ਨੂੰ ਫਾਇਦਾ ਹੋ ਗਿਆ, ਟੈਕਸ ਸਾਰਿਆਂ ਤੇ ਲੱਗ ਗਿਆ, ਉਹਦੀ ਬਿਜਲੀ ਮਹਿੰਗੀ ਹੋ ਗਈ, ਹੋਰ ਟੈਕਸ ਹੋ ਗਏ, ਕਿਉਂਕਿ ਪੈਸਾ ਤਾਂ ਸਾਡਾ ਹੀ ਹੈ, ਉਸੇ ਨੇ ਘੁੰਮਣਾ ਹੈ। ਇਹ ਤਾਂ ਲੋਕਾਂ ਨੂੰ ਇੱਕ ਗੁੰਮਰਾਹ ਕਰਨ ਵਾਲੀ ਗੱਲ ਹੁੰਦੀ ਹੈ, ਜਿਹਨੂੰ ਬਿਜਲੀ ਮਾਫ਼ ਕਰੀਏ ਟੈਕਸ ਉਹਨੂੰ ਦੂਜੇ ਪਾਸੇ ਵੱਧ ਜਾਣੇ ਆ, ਮਹਿੰਗਾਈ ਵੱਧ ਗਈ। ਤੇ ਜਦੋਂ ਤੋਂ ਮੁਫ਼ਤਖੋਰੀ ਆਈ ਹੈ, ਮੁਫ਼ਤਖੋਰੀ ਦੇ ਨਾਲ ਹੈ ਜਿਹੜੀ ਕਦਰ ਕੋਈ ਨਹੀਂ ਹੁੰਦੀ। ਜਿਵੇਂ ਵਰਮਾ ਜੀ ਮਾਮਲੇ ਦੀ ਗੱਲ ਕਰ ਰਹੇ ਸੀ, ਜਦੋਂ ਮਾਮਲਾ ਬੰਦ ਕੀਤਾ ਨਾ, ਉਦੋਂ ਬਾਅਦ ਲੋਕ ਪਾਣੀ ਨਹਿਰ ਦਾ ਉਹ ਕਰਨ ਹਟ ਗਏ, ਖਾਲੀ ਨੀ ਸਵਾਰਦੇ। ਤੁਸੀਂ ਵੇਖੋ ਮੋਟਰਾਂ ਉਧਰੋਂ ਬਿਜਲੀ ਮੁਫ਼ਤ ਕਰਤੀ, ਉਹਦੀ ਦੁਰਵਰਤੋਂ, ਪਹਿਲਾਂ ਪਾਣੀ ਦੀ ਦੁਰਵਰਤੋਂ ਹੋਣ ਲੱਗ ਗਈ, ਹਨਾ, ਉਹ ਲੋਕ ਪਾਣੀ ਸਾਂਭਣੋਂ ਹਟ ਗਏ, ਉਧਰੋਂ ਬਿਜਲੀ ਆ ਗਈ, ਲੋਕ ਖਾਲੀ ਬਾਹਾਂ ਦੇ ਵਿੱਚ ਹੀ ਪਾਣੀ ਛੱਡੀ ਰੱਖਦੇ ਆ, ਵੀ ਅਸੀਂ ਪਾਣੀ ਨਖਨੀ ਬਾਹਣ ਆ ਜਿਹੜੇ ਠੰਡੇ ਕਰਦੇ ਹਾਂ। ਇਸ ਕਰਕੇ ਜੇ 1,000 ਰੁਪਇਆ ਦੇ ਦੇਣਗੇ, ਨਾ ਤਾਂ ਕਿਸੇ ਦਾ 1,000 ਰੁਪਇਆ ਨਾ ਕੋਈ ਟਾਈਮ ਟੱਪਣਾ ਹੈ, ਤੇ ਮਾਨਸਿਕਤਾ ਉਹਦੀ ਇੰਨੀ ਵਿਗੜ ਜਾਣੀ ਹੈ, ਉਹਨੇ ਕੰਮ ਹੀ ਨੀ ਕਰਨਾ। ਉਹ ਘਰੇ ਵਾਧੂ ਦੀਆਂ ਲੜਾਈਆਂ ਪੜਾਈਆਂ ਹੋਣਗੀਆਂ, ਵੀ ਮੇਰਾ ਤਾਂ 1,000 ਰੁਪਇਆ ਆਉਂਦਾ, ਮੇਰਾ 1,000 ਰੁਪਇਆ ਤੁਸੀਂ ਕਿਉਂ ਕਹਾਂਗੇ, ਸੱਸ ਨੂੰ ਲੜੀ ਜਾਣਗੀਆਂ, ਪੁੱਤ ਨਾਲ ਲੜੀ ਜਾਣਗੀਆਂ। ਇਹ ਸਾਰੀ ਲੜਾਈ ਲੜੂਈ ਦਾ ਹੀ ਕੰਮ ਹੁੰਦਾ ਹੈ, ਕੰਮ ਕਿਰਤ ਤੋਂ ਦੂਰ ਕਰਨ ਦਾ ਇਹਨਾਂ ਦਾ ਹੈਗਾ ਸਰਕਾਰ ਦਾ, ਉਹ ਕਿਰਤ ਤੋਂ ਦੂਰ ਕਰ ਰਹੇ ਆ। ਇਹੋ ਜਿਹੀ ਮੰਗ ਨੀ ਕਰਨੀ ਚਾਹੀਦੀ, 1,000 ਰੁਪਇਆ ਤੁਸੀਂ ਪਰਮਾਤਮਾ ਤੋਂ ਮੰਗੋ, ਕਿਰਤ ਕਰੋ, 1,000-1,000 ਵੰਡਣ ਵਾਲੇ ਬਣੋ, ਤੁਸੀਂ ਸੇਵਾ ਤਾਂ ਕਰਕੇ ਵੇਖੋ ਨਾ ਸਮਾਜ ਦੀ ਕਿੱਥੋਂ। ਆਪੇ ਹੀ ਪਰਮਾਤਮਾ ਇੱਕ ਨਿਜ਼ਮ ਹੈ, ਕਹਿੰਦੇ ਜਿੰਨਾ ਪੈਸੇ ਦੇ ਮਗਰ ਭੱਜੇ ਨਾ, ਪੈਸਾ ਮੂਹਰੇ ਭੱਜਦਾ। ਤੇ ਜਿਹੜੇ ਲੋਕ ਪੈਸੇ ਦੇ ਤਿਆਗੀ ਹੋ ਗਏ ਨਾ, ਪੈਸਾ ਤਾਂ ਉਹਨਾਂ ਦੇ ਮਗਰ ਮਗਰ ਤੁਰਿਆ ਫਿਰਦਾ। ਕਿਰਤ ਕਰੋ, ਵਧੀਆ ਸਮਾਜ ਦੀ ਸਿਰਜਣਾ ਕਰੋ, ਤੇ ਇਸ ਕਰਕੇ ਇਹ 1,000 ਰੁਪਇਆ ਸਰਕਾਰ ਨੇ ਕਿੱਥੋਂ ਦੇਣਾ, ਆਪਣੇ ਤੋਂ ਜਾਣਾ ਜੀ, ਜੇਬ ਚੋਂ ਤਾਂ ਕਿਸੇ ਨੇ ਦੇਣਾ ਨੀ, ਨਾ ਜੇਬ ਚੋਂ ਆਉਣਾ, ਆਪਣਾ ਹੀ ਪੈਸਾ ਹੈ, ਆਪਾਂ ਨੂੰ ਮੂਰਖ ਬਣਾਈ ਜਾਂਦੇ ਜੀ। ਬਿਲਕੁਲ ਜੋ ਸਿਵਿਆ ਸਾਹਿਬ ਵਰਮਾ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ, ਸੋਰੀ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢਿਆ। ਦਰਸ਼ਕਾਂ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਇਸ ਵੀਡੀਓ ਨੂੰ ਪਹੁੰਚਾਇਆ ਜਾ ਸਕੇ, ਕਿਉਂਕਿ ਬਹੁਤ ਜਾਣਕਾਰੀ ਵਾਲੀਆਂ ਗੱਲਾਂ ਸਿਵਿਆ ਸਾਹਿਬ ਨੇ ਤੇ ਵਰਮਾ ਸਾਹਿਬ ਨੇ ਕੀਤੀਆਂ ਨੇ। ਸੋ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ ਸਿਵਿਆ ਸਾਹਿਬ।